ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਪਿਆਰ ਸਤਿਕਾਰ ਸਾਰਿਆਂ ਨੂੰ। ਮੈਂ ਸਾਰੇ ਭੈਣ ਭਰਾਵਾਂ ਨੂੰ ਇਸ ਚੈਨਲ ਦੇ ਜ਼ਰੀਏ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀਆਂ ਚੋਣਾਂ ਵਿੱਚ ਮੈਂ ਪ੍ਰਧਾਨ ਵਜੋਂ ਫਾਰਮ ਭਰੇ ਆ ਔਰ ਆਜ਼ਾਦ ਉਮੀਦਵਾਰ ਵਜੋਂ। ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਵੋਟ ਔਰ ਸਪੋਰਟ ਸਾਨੂੰ ਜ਼ਰੂਰ ਕਰੋ। ਅਸੀਂ ਜਿਹੜੇ ਏਜੰਡੇ ਲੈ ਕੇ ਚੱਲੇ ਹਾਂ, ਉਦੇਸ਼ ਲੈ ਕੇ ਚੱਲੇ ਹਾਂ, ਉਹ ਕੋਈ ਬਹੁਤ ਜ਼ਿਆਦਾ, ਅਸੀਂ ਇਹ ਤਾਂ ਨਹੀਂ ਕਹਾਂਗੇ ਕਿ ਬਹੁਤ ਵੱਡੇ ਆ, ਅਸੀਂ ਤਾਂ ਵੀ ਵੱਡੇ ਵਾਅਦੇ ਨਹੀਂ ਕਰਦੇ ਕਿ ਜੇ ਸਾਡੇ ਤੋਂ ਨਾ ਪੁੱਗਿਆ ਗਿਆ। ਜਿਹੜੇ ਇਹ ਵਾਅਦੇ ਪਰ ਹੈਗੇ ਆ, ਇਹ ਆਪਣੇ ਆਪ ਵਿੱਚ ਬਹੁਤ ਵੱਡੇ ਆ। ਜਿਵੇਂ ਮੈਂ ਚਾਹੁੰਦੀ ਹਾਂ ਕਿ ਜਿਹੜੇ ਸਾਡੇ ਨੌਜਵਾਨ ਲੇਖਕ ਅਤੇ ਸਾਡੇ ਜਿਹੜੇ ਬਜ਼ੁਰਗ ਲੇਖਕ ਆ, ਅਣਗੌਲੇ ਹੋਏ, ਅਸੀਂ ਉਹਨਾਂ ਅਣਗੌਲੇ ਹੋਏ ਲੇਖਕਾਂ ਨੂੰ ਮੈਂ ਅੰਤਰਰਾਸ਼ਟਰੀ ਲੈਵਲ ਦੀਆਂ ਸਟੇਜਾਂ 'ਤੇ ਲਿਜਾਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਕਦਰ ਤਾਂ ਹੀ ਹੋਊਗੀ ਜੇ ਕਲਮਾਂ ਦੀ ਕਦਰ ਹੋਊਗੀ, ਅਤੇ ਕਲਮਾਂ ਦੀ ਕਦਰ ਤਾਂ ਹੀ ਹੋਊਗੀ ਜੇ ਅਸੀਂ ਧੜੇਬੰਦੀਆਂ ਤੋਂ ਉੱਠਾਂਗੇ, ਅਸੀਂ ਨਿੱਜ ਤੋਂ ਉੱਠਾਂਗੇ। ਹਜੇ ਤੱਕ ਅਸੀਂ ਨਿੱਜ ਤੋਂ ਹੀ ਨਹੀਂ ਉੱਠੇ, ਅਸੀਂ ਧੜਿਆਂਬੰਦੀਆਂ ਦੇ ਸ਼ਿਕਾਰ ਹੋ ਗਏ ਹਾਂ। ਮੈਂ ਦੁਨੀਆ ਨੂੰ ਉਹ ਤਸਵੀਰ ਪੰਜਾਬੀਆਂ ਦੀ ਦਿਖਾਉਣਾ ਚਾਹੁੰਦੀ ਹਾਂ ਕਿ ਜਿਹੜੀਆਂ ਸੱਥਾਂ ਵਿੱਚ ਬੈਠ ਕੇ ਕਵਿਛਰੀਆਂ, ਛੰਦਾਬੰਦੀਆਂ ਅਤੇ ਬੜੀਆਂ ਅਖੌਤਾਂ, ਮੁਹਾਵਰੇ, ਅਖਾਣਾਂ, ਜਿਹੜੀ ਸਾਡੀ ਲੋਕਧਾਰਾ ਹੈ, ਅਤੇ ਮੈਂ ਚਾਹੁੰਦੀ ਹਾਂ ਕਿ ਜਿਹੜੀ ਉਹ ਜ਼ਿੰਦਗੀ ਜਿਹੜੀ ਅਸੀਂ ਸਿਰਫ ਸਟੇਜਾਂ 'ਤੇ ਸੋਫੇ ਲੱਗੇ ਆ, ਸ਼ਮਾਂ ਜਗ ਰਹੀ ਹੈ, ਕੋਟ ਪੈਂਟ ਪਾ ਕੇ ਅਸੀਂ ਬੈਠੇ ਹੋਏ ਹਾਂ, ਉਨੇ ਕੁ ਲੋਕ, ਉਹਨਾਂ ਚੀਜ਼ਾਂ ਨੂੰ ਮੈਂ, ਮਤਲਬ ਇਹ ਤਾਂ ਨਹੀਂ ਮੈਂ ਕਹਿੰਦੀ ਵੀ ਉਹ ਖਤਮ ਕਰਨਾ ਚਾਹੁੰਦੀ, ਪਰ ਮੈਂ ਜਿਹੜੇ ਸੱਥਾਂ 'ਚ ਬੈਠੇ ਹੋਏ ਸਾਡੇ ਬਹੁਤ ਵਧੀਆ ਲੇਖਕ ਆ, ਪਿੰਡਾਂ ਦੀਆਂ ਵੱਟਾਂ 'ਤੇ, ਖੇਤਾਂ ਦੀਆਂ 'ਤੇ ਬੈਠੇ ਹੋਏ ਵਧੀਆ ਲੇਖਕ ਆ, ਜਿਹੜੇ ਖੇਤਾਂ 'ਤੇ ਪਾਣੀ ਦੀ ਛਲ ਛਲ ਦੇ ਨਾਲ ਗਾਉਂਦੇ ਆ, ਉਹਨਾਂ ਨੂੰ ਵੀ ਮੈਂ ਵੱਡੀਆਂ ਸਟੇਜਾਂ 'ਤੇ, ਉੱਥੇ ਜਿੱਥੇ ਛਮਾਂ ਜਗਦੀਆਂ, ਉੱਥੇ ਲਿਆ ਕੇ ਖੜਾ ਕਰਨਾ ਚਾਹੁੰਦੀ ਹਾਂ ਵੀ ਇਹ ਵੀ ਸਾਡੇ ਹੀ ਲੋਕ ਆ, ਇਹ ਵੀ ਸਾਡੇ ਹੀ ਲੇਖਕ ਆ, ਇਹਨਾਂ ਨੂੰ ਅਸੀਂ ਪਿੱਛੇ ਕਿਉਂ ਛੱਡੀਏ। ਅਤੇ ਦੂਸਰਾ, ਜਦੋਂ ਮੈਂ ਦੇਖਦੀ ਹਾਂ ਸਾਡੇ ਲੇਖਕਾਂ ਨੂੰ ਰੁਲਦਿਆਂ ਹੋਇਆਂ, ਅਕਸਰ ਉਹ ਬੁਢੇਪੇ ਵਿੱਚ ਰੁਲਦੇ ਆ, ਉਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ, ਕੋਈ ਉਹਨਾਂ ਲਈ ਮੈਡੀਕਲ ਸਹੂਲਤਾਂ ਨਹੀਂ, ਤਾਂ ਉਹ ਬਹੁਤ ਦੁਖਦਾਈ ਹੈ। ਬਹੁਤ ਵਧੀਆ ਲਿਖਣ ਵਾਲੇ, ਲਗਾਤਾਰ ਵਧੀਆ ਅਖਬਾਰਾਂ ਦੇ ਕਾਲਮਾਂ ਦੇ ਸ਼ਿੰਗਾਰ ਰਹਿਣ ਵਾਲੇ ਸਾਡੇ ਲੇਖਕ, ਕਿੰਨੀਆਂ ਕਿੰਨੀਆਂ ਕਿਤਾਬਾਂ ਲਿਖਣ ਵਾਲੇ ਸਾਡੇ ਲੇਖਕ ਜਿਹੜੇ ਬੁਢੇਪੇ ਵਿੱਚ ਰੁਲ ਜਾਂਦੇ ਆ, ਔਰ ਉਹ ਗੁੰਮਨਾਮ ਦੀ ਜ਼ਿੰਦਗੀ ਜਿੱਦਾਂ ਕਹਿੰਦੇ ਜਿਉਣ ਲੱਗ ਪੈਂਦੇ ਆ, ਅਤੇ ਸਾਨੂੰ ਇਹ ਹੁੰਦਾ ਵੀ ਅਸੀਂ ਹੋਰ ਨਵਿਆਂ ਵੱਲ ਝਾਕੀਏ ਜਾਂ, ਹੈ ਨਾ, ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ। ਤਾਂ ਮੇਰੇ ਜਿਹੜੇ ਮਨੋਰਥ ਆ ਮੇਨ, ਉਹ ਇਹੀ ਰਹਿਣਗੇ ਵੀ ਇੱਕ ਤਾਂ ਅਸੀਂ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਈਏ, ਬਜ਼ੁਰਗ ਅਣਗੌਲੇ ਹੋਏ ਬਜ਼ੁਰਗਾਂ ਨੂੰ ਵੀ ਅੱਗੇ ਲਿਆਈਏ, ਅੰਤਰਰਾਸ਼ਟਰੀ ਲੈਵਲ ਦੀਆਂ ਸਟੇਜਾਂ ਉਹਨਾਂ ਨੂੰ ਮੁਹੱਈਆ ਕਰਵਾਈਏ। ਦੂਸਰਾ, ਮੈਨੂੰ ਇਹ ਹੋਊਗਾ ਕਿ ਕਿਸੇ ਵੀ ਲੇਖਕ ਦਾ ਕੋਈ ਵੀ ਬਿਮਾਰੀ ਸ਼ਿਮਾਰੀ ਆਉਂਦੀ ਆ ਜਾਂ ਬੁਢੇਪਾ, ਉਹਨਾਂ ਦਾ ਰੁਲੇ ਨਾ। ਲੇਖਕ ਬਹੁਤ ਇੱਜ਼ਤ ਭਰੀ ਜ਼ਿੰਦਗੀ ਜਿਉਣ, ਕਿਉਂਕਿ ਉਹਨਾਂ ਨੇ ਸਮਾਜ ਨੂੰ ਇੰਨਾ ਸਮਾਂ ਦਿੱਤਾ ਹੁੰਦਾ ਹੈ, ਕਿਉਂਕਿ ਜਿਹੜਾ ਇਹ ਲਿਖਾਰੀ ਆ, ਇਹ ਕੋਈ, ਇਹਨੂੰ ਪ੍ਰੋਫੈਸ਼ਨਲ ਇੱਦਾਂ ਤਾਂ ਹੈ ਨਹੀਂ ਵੀ ਇਹਨੂੰ ਕੋਈ ਤਨਖਾਹ ਮਿਲਦੀ ਹੈ ਜਾਂ ਕੁਛ, ਇਹ ਤਾਂ ਆਪਣਾ ਸਮਾਂ, ਬਹੁਤ ਕੀਮਤੀ ਸਮਾਂ ਸਮਾਜ ਨੂੰ ਦਿੰਦਾ ਹੈ, ਅਤੇ ਇਹਨਾਂ ਦੀ ਕਦਰ ਹੋਣੀ ਚਾਹੀਦੀ ਆ। ਅਤੇ ਫਿਰ ਮੈਨੂੰ ਕਿਤੇ ਨਾ ਕਿਤੇ ਦੁੱਖ ਇਹ ਲੱਗਦਾ ਜਦੋਂ ਅਸੀਂ ਧੜੇਬੰਦੀਆਂ 'ਚ ਪੈ ਜਾਂਦੇ ਹਾਂ, ਧੜੇਬੰਦੀਆਂ 'ਚ ਪੈ ਕੇ ਫਿਰ ਅਸੀਂ ਨਿੱਜ ਨੂੰ ਅੱਗੇ ਰੱਖ ਲੈਂਦੇ ਹਾਂ, ਇਹ ਨਿੱਜ ਤੋਂ ਉੱਠਣਾ ਹੈ। ਅਤੇ ਮੈਂ ਚਾਹੁੰਦੀ ਹਾਂ ਕਿ ਬਾਕੀ ਜਿਹੜੇ ਭੈਣ ਭਰਾ ਸਾਡੇ ਸੀਨੀਅਰ ਸਾਹਿਤਕਾਰ ਹੈਗੇ ਆ, ਅੱਜ ਕੱਲ੍ਹ ਉਹ ਦੋ ਧੜਿਆਂ ਦਾ ਸ਼ਿਕਾਰ ਹੋ ਚੁੱਕੇ ਆ, ਉਹ ਵੀ ਮੇਰੇ ਆਪਣੇ ਹੀ ਆ, ਮੇਰੇ ਵੱਡੇ ਆ, ਮੇਰੇ ਸਤਿਕਾਰਯੋਗ ਆ। ਅਤੇ ਪਰ ਮੈਨੂੰ ਲੱਗਦਾ ਸੀ ਵੀ ਇਹ ਧੜੇਬੰਦੀਆਂ ਖਤਮ ਹੋਣ, ਅਤੇ ਜਿਹੜਾ ਅੰਨਾ ਵੰਡੇ ਸੀਰਨੀ ਮੁੜ ਘਰਦਿਆਂ ਨੂੰ ਦੇ, ਉਹ ਚੀਜ਼ਾਂ 'ਚੋਂ ਮੈਂ ਇਹ ਕੱਢਣਾ ਚਾਹੁੰਦੀ ਸੀ। ਅਤੇ ਮੇਰੀ ਇਹੀ ਇੱਛਾ ਹੈ ਵੀ ਹੋਰ ਵੀ, ਜਿਵੇਂ ਸਾਡੇ ਹੁਣ ਅੱਗੇ ਜਿਵੇਂ ਰੰਗ ਮੰਚ ਦਾ ਕਹਿ ਲਈਏ ਵੀ ਸਾਡੇ ਬੜੇ ਵਧੀਆ ਕਲਾਕਾਰ ਆ ਥੀਏਟਰ ਨਾਲ ਜਿਹੜੇ ਜੁੜੇ ਹੋਏ ਔਰ ਨਵੇਂ ਵੀ ਜੁੜਨਾ ਚਾਹੁੰਦੇ ਆ, ਅਸੀਂ ਉਹ ਰੋਹ ਰੀਤਾਂ ਵੀ ਵਾਪਸ ਲੈ ਆਈਏ, ਉਸ ਤਰ੍ਹਾਂ ਹੀ ਸਾਡੀਆਂ ਮਹਿਫਲਾਂ ਜੰਮਣ, ਉਸੇ ਤਰ੍ਹਾਂ ਹੀ ਸਾਡੇ ਜਿਹੜੇ ਨਾਟਕ ਹੋਣ, ਨੁੱਕੜ ਨਾਟਕ ਖੇਡੇ ਜਾਣ, ਰੰਗ ਮੰਚ ਉੱਦਾਂ ਹੀ, ਉਹ ਸਾਰੀਆਂ ਚੀਜ਼ਾਂ ਬਹਾਲ ਹੋ ਜਾਣ। ਅਤੇ ਫਿਰ ਉਹ ਬਹਾਲ ਕਿੱਦਾਂ ਹੋਣਗੀਆਂ, ਉਹ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਸੀ। ਤਾਂ ਮੈਨੂੰ ਲੱਗਦਾ ਕਿ ਵੀ ਮੈਂ ਇਹ ਪਹਿਲ ਕੀਤੀ ਆ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਮੈਂ ਦੁਸ਼ਮਣੀ ਲਈ ਆ, ਕਿਉਂਕਿ ਉਹ ਵੀ ਮੇਰੇ ਆਪਣੇ ਹੀ ਆ। ਅਤੇ ਮੈਨੂੰ ਲੱਗਦਾ ਸੀ ਕਿਤੇ ਨਾ ਕਿਤੇ ਜੇ ਮੈਂ ਉੱਦਾਂ ਗੱਲ ਕਰਦੀ ਤਾਂ ਮੇਰੀ ਗੱਲ ਨਾ ਸਮਝੀ ਜਾਂਦੀ, ਤਾਂ ਮੈਂ ਇਸ ਕਰਕੇ, ਮੈਨੂੰ ਫਿਰ ਇਹਦੇ 'ਚ ਮਤਲਬ ਆਉਣਾ ਪਿਆ ਚੋਣਾਂ 'ਚ, ਜਦੋਂ ਕਿ ਮੈਨੂੰ ਲੱਗਦਾ ਹੁੰਦਾ ਵੀ ਇਹ ਵੋਟਾਂ ਵਾਲਾ ਥੋੜ੍ਹਾ ਜਿਹਾ ਕੰਮ ਇਹਦੇ 'ਚ ਸਿਆਸਤ ਭਾਰੀ ਹੋ ਜਾਂਦੀ ਆ। ਜੇ ਦੇਖੀਏ ਤਾਂ ਪਿਛਲੇ ਕੁਛ ਦਿਨਾਂ ਤੋਂ ਮੈਂ ਦੇਖ ਰਹੀ ਹੈਗੀ ਹਾਂ
ਵੀ ਜਿੱਦਾਂ ਅਖਬਾਰਾਂ 'ਚ ਖਾਸ ਕਰਕੇ ਮੈਂ ਪੰਜਾਬੀ ਟ੍ਰਿਬਿਊਨ ਦੀ ਜੇ ਗੱਲ ਕਰਾਂ ਤਾਂ ਮੈਂ ਦੇਖਿਆ ਕਿ ਸਾਡੀ ਖਬਰ ਨੂੰ ਸਪੇਸ ਵੀ ਨਹੀਂ ਦਿੱਤੀ ਜਾਂਦੀ ਔਰ ਇੱਕ ਦਿਨ ਤਾਂ ਇੱਥੋਂ ਤੱਕ ਵੀ ਸੀਗਾ ਵੀ ਦੋ ਜਿਹੜੀਆਂ ਲੱਗ ਗਈਆਂ ਸੀ ਉਹਨਾਂ ਦੇ ਜਿਹੜੇ ਦੋ ਧੜੇ ਆਪਸ ਵਿੱਚ ਲੜ ਰਹੇ ਉਹਨਾਂ ਦੀਆਂ ਫੋਟੋ ਔਰ ਉਹਨਾਂ ਦੇ ਮੀਤ ਪ੍ਰਧਾਨ ਔਰ ਜਨਰਲ ਸੈਕਟਰੀ ਦੀਆਂ ਵੀ ਫੋਟੋ ਲੱਗੀਆਂ ਸੀ ਜਦੋਂ ਕਿ ਜਿਹੜਾ ਤੀਸਰੇ ਮਤਲਬ ਜਿਵੇਂ ਮੈਂ ਸੀ ਤੀਸਰਾ ਕੈਂਡੀਡੇਟ ਉਮੀਦਵਾਰ ਪ੍ਰਧਾਨ ਵਜੋਂ ਤਾਂ ਮੇਰੀ ਉੱਥੇ ਕੋਈ ਫੋਟੋ ਨਹੀਂ ਸੀ ਔਰ ਬਿਲਕੁਲ ਮੇਰਾ ਨਾਮ ਨੂੰ ਇੱਦਾਂ ਹਲਕੇ ਜਿਹੇ 'ਚ ਲਿਖਿਆ ਗਿਆ ਸੀਗਾ ਅਤੇ ਮਤਲਬ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਸੋਚਦੀ ਹਾਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਸਿਆਸਤ ਆ ਅਤੇ ਬਾਕੀ ਮੈਂ ਜੇ ਇਹ ਸੀਟ ਅਸੀਂ ਸਾਨੂੰ ਇਸ ਸੀਟ ਤੱਕ ਅਸੀਂ ਪਹੁੰਚਦੇ ਹਾਂ ਤਾਂ ਮੈਂ ਕਹਿੰਦੀ ਹਾਂ ਕਿ ਅਸੀਂ ਜਿਹੜਾ ਪੰਜਾਬੀ ਭਵਨ ਆ ਅਤੇ ਉਹਦੇ ਵਿੱਚ ਵੀ ਪੰਜਾਬੀ ਭਵਨ ਨੂੰ ਅਸੀਂ ਪਿੰਡਾਂ ਦੀਆਂ ਸੱਥਾਂ ਤੱਕ ਲੈ ਜਾਵਾਂਗੇ ਅਤੇ ਮਤਲਬ ਹਰ ਸੱਥ 'ਚ ਮਾਣ ਨਾਲ ਹਰ ਕੋਈ ਕਹੂਗਾ ਕਿ ਮੈਂ ਪੰਜਾਬੀ ਹਾਂ ਵਧੀਆ ਜਿੱਦਾਂ ਪਾਰਲੀਮੈਂਟ ਜਿੰਨੀ ਜਿਹੜੀ ਟੌਹਰ ਹੈ ਮੈਂ ਪੰਜਾਬੀ ਭਵਨ ਦੀ ਬਣਾਉਣ ਲਈ ਤੁਹਾਡੇ ਨਾਲ ਵਚਨਬੱਧ ਆ ਔਰ ਕਈ ਵਾਰ ਅਸੀਂ ਇਹ ਕਹਿੰਦੇ ਹਾਂ ਵੀ ਜੀ 2 ਸਾਲ ਹੀ ਆ ਜੀ ਸਾਨੂੰ ਦੇ ਦਿਉ ਨਹੀਂ ਤਾਂ ਫਿਰ ਹੈ ਨਾ ਮੈਂ ਇਹ ਨਹੀਂ ਕਹਿੰਦੀ ਮੈਂ ਤਾਂ ਇਹ ਕਹਿੰਦੀ ਹਾਂ ਵੀ 2 ਸਾਲ ਸਾਨੂੰ ਦੇ ਦਿਉ ਜੇ ਅਸੀਂ ਕੰਮ ਨਹੀਂ ਕੀਤਾ ਅਸੀਂ ਆਪਣੇ ਵਾਅਦਿਆਂ 'ਤੇ ਪੂਰੇ ਨਹੀਂ ਉਤਰੇ ਤਾਂ 2 ਸਾਲ ਦਾ ਸਾਨੂੰ ਹਰਜ਼ਾਨਾ ਪਾਇਆ ਜਾਵੇ ਕਿਉਂਕਿ 2 ਸਾਲ ਘੱਟ ਨਹੀਂ ਹੁੰਦੇ ਬਹੁਤ ਜ਼ਿਆਦਾ ਹੁੰਦੇ ਆ ਤਾਂ ਇਸ ਦਾ ਹਰਜ਼ਾਨਾ ਸਾਨੂੰ ਪਾਇਆ ਜਾਵੇ ਅਸੀਂ ਉਹਦਾ ਹਰਜ਼ਾਨਾ ਭਰਾਂਗੇ ਔਰ 2 ਸਾਲ ਜਿਹੜੇ ਅਸੀਂ ਲੇਖਕਾਂ ਦੇ ਖਰਾਬ ਕੀਤੇ ਹੋਣਗੇ ਔਰ ਪੰਜਾਬੀ ਭਵਨ ਦੀ ਬਿਲਡਿੰਗ 'ਚ ਬੈਠ ਕੇ ਅਸੀਂ ਕੁਛ ਨਿੱਜ ਲਈ ਕੀਤਾ ਹੋਊਗਾ ਤਾਂ ਉਹਦੇ ਲਈ ਸਾਨੂੰ ਹਰਜ਼ਾਨਾ ਪਾਇਆ ਜਾਵੇ ਸੋ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਚੱਲੇ ਹਾਂ ਕਿ ਮੇਰੇ ਜਿਹੜਾ ਲੇਖਕ ਵਰਗ ਆ ਕਲਮਾਂ ਵਾਲੇ ਧੜਿਆਂ ਬੰਦੀਆਂ ਤੋਂ ਉੱਠਣ ਇਹ ਕਿਸੇ ਵੀ ਸਰਕਾਰ ਮੈਂ ਉਹ ਨਹੀਂ ਕਹਿੰਦੀ ਸਰਕਾਰਾਂ ਨਾਲ ਰਲ ਕੇ ਹੀ ਸਾਨੂੰ ਚੱਲਣਾ ਪੈਂਦਾ ਬਹੁਤ ਸਾਰੇ ਕੰਮ ਅਸੀਂ ਸਰਕਾਰਾਂ ਤੋਂ ਹੀ ਲੈਣੇ ਹੁੰਦੇ ਆ ਜਿੱਦਾਂ ਮੈਂ ਇਹ ਗੱਲ ਸੋਚ ਰਹੀ ਸੀ ਕਿ ਮੈਂ ਜੇ ਇਹ ਸੀਟ ਮੈਨੂੰ ਮਿਲਦੀ ਆ ਤਾਂ ਅਸੀਂ ਸਰਕਾਰਾਂ 'ਤੇ ਗੱਲਬਾਤ ਸਰਕਾਰਾਂ ਨਾਲ ਕਰਾਂਗੇ ਉਹਨਾਂ ਤੋਂ ਪਿਆਰ ਨਾਲ ਵੀ ਜੇ ਨਹੀਂ ਤਾਂ ਅਸੀਂ ਦਬਾਅ ਪਾ ਕੇ ਵੀ ਬਹੁਤ ਸਾਰਾ ਫੰਡ ਇਸ ਤਰੀਕੇ ਨਾਲ ਲਵਾਂਗੇ ਵੀ ਸਾਡੇ ਬਜ਼ੁਰਗ ਜਿਹੜੇ ਵਧੀਆ ਲੇਖਕ ਆ ਔਰ ਗਰੀਬ ਆ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਦੂਰ ਕੀਤੀਆਂ ਜਾਣ ਉਹਨਾਂ ਦੀਆਂ ਕਿਤਾਬਾਂ ਛਪਵਾਈਆਂ ਜਾਣ ਉਹਨਾਂ ਨੂੰ ਕਿਸੇ ਮੈਡੀਕਲ ਸਹੂਲਤ ਦੀ ਲੋੜ ਆ ਤਾਂ ਉਹ ਦਿੱਤੀ ਪੰਜਾਬੀ ਆ ਵਧੀਆ ਜਿੱਦਾਂ ਪਾਰਲੀਮੈਂਟ ਜਿੰਨੀ ਜਿਹੜੀ ਟੌਹਰ ਹੈ ਮੈਂ ਪੰਜਾਬੀ ਭਵਨ ਦੀ ਬਣਾਉਣ ਲਈ ਤੁਹਾਡੇ ਨਾਲ ਵਚਨਬੱਧ ਆ ਔਰ ਕਈ ਵਾਰ ਅਸੀਂ ਇਹ ਕਹਿੰਦੇ ਹਾਂ ਵੀ ਜੀ 2 ਸਾਲ ਹੀ ਆ ਜੀ ਸਾਨੂੰ ਦੇ ਦਿਉ ਨਹੀਂ ਤਾਂ ਫਿਰ ਹੈ ਨਾ ਮੈਂ ਇਹ ਨਹੀਂ ਕਹਿੰਦੀ ਮੈਂ ਤਾਂ ਇਹ ਕਹਿੰਦੀ ਹਾਂ ਵੀ 2 ਸਾਲ ਸਾਨੂੰ ਦੇ ਦਿਉ ਜੇ ਅਸੀਂ ਕੰਮ ਨਹੀਂ ਕੀਤਾ ਅਸੀਂ ਆਪਣੇ ਵਾਅਦਿਆਂ 'ਤੇ ਪੂਰੇ ਨਹੀਂ ਉਤਰੇ ਤਾਂ 2 ਸਾਲ ਦਾ ਸਾਨੂੰ ਹਰਜ਼ਾਨਾ ਪਾਇਆ ਜਾਵੇ ਕਿਉਂਕਿ 2 ਸਾਲ ਘੱਟ ਨਹੀਂ ਹੁੰਦੇ ਬਹੁਤ ਜ਼ਿਆਦਾ ਹੁੰਦੇ ਆ ਤਾਂ ਇਸ ਦਾ ਹਰਜ਼ਾਨਾ ਸਾਨੂੰ ਪਾਇਆ ਜਾਵੇ ਅਸੀਂ ਉਹਦਾ ਹਰਜ਼ਾਨਾ ਭਰਾਂਗੇ ਔਰ 2 ਸਾਲ ਜਿਹੜੇ ਅਸੀਂ ਲੇਖਕਾਂ ਦੇ ਖਰਾਬ ਕੀਤੇ ਹੋਣਗੇ ਔਰ ਪੰਜਾਬੀ ਭਵਨ ਦੀ ਬਿਲਡਿੰਗ 'ਚ ਬੈਠ ਕੇ ਅਸੀਂ ਕੁਛ ਨਿੱਜ ਲਈ ਕੀਤਾ ਹੋਊਗਾ ਤਾਂ ਉਹਦੇ ਲਈ ਸਾਨੂੰ ਹਰਜ਼ਾਨਾ ਪਾਇਆ ਜਾਵੇ ਸੋ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਚੱਲੇ ਹਾਂ ਕਿ ਮੇਰੇ ਜਿਹੜਾ ਲੇਖਕ ਵਰਗ ਆ ਕਲਮਾਂ ਵਾਲੇ ਧੜਿਆਂ ਬੰਦੀਆਂ ਤੋਂ ਉੱਠਣ ਇਹ ਕਿਸੇ ਵੀ ਸਰਕਾਰ ਮੈਂ ਉਹ ਨਹੀਂ ਕਹਿੰਦੀ ਸਰਕਾਰਾਂ ਨਾਲ ਰਲ ਕੇ ਹੀ ਸਾਨੂੰ ਚੱਲਣਾ ਪੈਂਦਾ ਬਹੁਤ ਸਾਰੇ ਕੰਮ ਅਸੀਂ ਸਰਕਾਰਾਂ ਤੋਂ ਹੀ ਲੈਣੇ ਹੁੰਦੇ ਆ ਜਿੱਦਾਂ ਮੈਂ ਇਹ ਗੱਲ ਸੋਚ ਰਹੀ ਸੀ ਕਿ ਮੈਂ ਜੇ ਇਹ ਸੀਟ ਮੈਨੂੰ ਮਿਲਦੀ ਆ ਤਾਂ ਅਸੀਂ ਸਰਕਾਰਾਂ 'ਤੇ ਗੱਲਬਾਤ ਸਰਕਾਰਾਂ ਨਾਲ ਕਰਾਂਗੇ ਉਹਨਾਂ ਤੋਂ ਪਿਆਰ ਨਾਲ ਵੀ ਜੇ ਨਹੀਂ ਤਾਂ ਅਸੀਂ ਦਬਾਅ ਪਾ ਕੇ ਵੀ ਬਹੁਤ ਸਾਰਾ ਫੰਡ ਇਸ ਤਰੀਕੇ ਨਾਲ ਲਵਾਂਗੇ ਵੀ ਸਾਡੇ ਬਜ਼ੁਰਗ ਜਿਹੜੇ ਵਧੀਆ ਲੇਖਕ ਆ ਔਰ ਗਰੀਬ ਆ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਦੂਰ ਕੀਤੀਆਂ ਜਾਣ ਉਹਨਾਂ ਦੀਆਂ ਕਿਤਾਬਾਂ ਛਪਵਾਈਆਂ ਜਾਣ ਉਹਨਾਂ ਨੂੰ ਕਿਸੇ ਮੈਡੀਕਲ ਸਹੂਲਤ ਦੀ ਲੋੜ ਆ ਤਾਂ ਉਹ ਦਿੱਤੀ ਜਾਵੇ ਅਤੇ ਸਰਕਾਰਾਂ ਨਾਲ ਰਲ ਕੇ ਰਹਿਣਾ ਕੋਈ ਬੁਰੀ ਗੱਲ ਨਹੀਂ ਹੁੰਦੀ ਪਰ ਮੈਂ ਸੋਚਦੀ ਹਾਂ ਸਿਰਫ ਸਰਕਾਰਾਂ ਦੀਆਂ ਉਂਗਲਾਂ 'ਤੇ ਵੀ ਜੇ ਕੋਈ ਲੇਖਕ ਨੱਚਦਾ ਹੈ ਤਾਂ ਉਹ ਉਸ ਤੋਂ ਬੁਰੀ ਗੱਲ ਕੋਈ ਨਹੀਂ ਹੋ ਸਕਦੀ ਜਿਹੜੀ ਕਲਮ ਆ ਉਹਨੂੰ ਸੱਚ ਹੀ ਬੋਲਣਾ ਚਾਹੀਦਾ ਹੈ ਸੋ ਮੈਂ ਸੋਚਦੀ ਹਾਂ ਕਿ ਕਦੋਂ ਤੱਕ ਮਨਾਵਾਂਗੇ ਮਾਤਮ ਅਸੀਂ ਉੱਜੜ ਗਏ ਬਾਗਾਂ ਦਾ ਪਾੜ ਕੇ ਇੱਕ ਧਰਤੀ ਦੀ ਬੀਜਣੇ ਤਾਂ ਪੈਣਗੇ ਮੁੱਠੀ ਭਰ ਦਾਣੇ ਅਤੇ ਜੇ ਅਸੀਂ ਇੱਦਾਂ ਹੀ ਸਾਰੇ ਜਾਣੇ ਚੁੱਪ ਹੋ ਜਾਵਾਂਗੇ ਵੀ ਕੋਈ ਨਹੀਂ ਮੈਨੂੰ ਕੀ ਤਾਂ ਇਹ ਨਹੀਂ ਠੀਕ ਰਹੂਗਾ ਅਸੀਂ ਇਹ ਮੁੱਠੀ ਭਰ ਦਾਣੇ ਕਲਮਾਂ ਵਾਲੇ ਜਿਹੜੇ ਬੀਜਾਂਗੇ ਕਲਮਾਂ ਆਪਦੀਆਂ ਦੇ ਨਾਲ ਜਿਵੇਂ ਭਗਤ ਸਿੰਘ ਜੀ ਕਹਿੰਦਾ ਸੀ ਬੰਦੂਖਾਂ ਦਮੁੱਖਾਂ ਬੀਜਾਂਗੇ ਤਾਂ ਅਸੀਂ ਮੈਂ ਸੋਚਦੀ ਹਾਂ ਕਿ ਉਹ ਕਲਮਾਂ ਜਿਹੜੀਆਂ ਅਸੀਂ ਬੀਜਾਂਗੇ ਉਹਨਾਂ ਨੂੰ ਸੋਹਣੇ ਸਾਹਿਤ ਦੇ ਸੋਹਣੇ ਰੰਗ ਉਹਦੇ 'ਚੋਂ ਨਿਕਲਣ ਸੋਹਣੇ ਫੁੱਲ ਨਿਕਲਣ ਸਾਡਾ ਭਾਈਚਾਰਾ ਕਾਇਮ ਹੋਵੇ ਤਾਂ ਜਿਹੜੀਆਂ ਗੁੱਟਬੰਦੀਆਂ ਧੜੇਬੰਦੀਆਂ ਖਤਮ ਹੋਣ
ਸਾਡੇ ਨਾਲ ਵੀ ਹੋਰ ਇੰਡੀਪੈਂਡੈਂਟ ਜਿਹੜੇ ਸਾਡੇ ਉਮੀਦਵਾਰ ਖੜ੍ਹੇ ਹੋਏ ਆ, ਜਿਵੇਂ ਕਰਮ ਸਿੰਘ ਜ਼ਖਮੀ ਜੀ ਹੈਗੇ ਆ, ਅਮਰਜੀਤ ਕੌਰ ਅਮਰ ਜੀ ਹੈਗੇ ਆ, ਸੁਖਵਿੰਦਰ ਲੋਟੇ ਜੀ ਆ, ਓਬਰਾਏ ਬਾਜੀ ਜੀ ਹੈਗੇ ਆ, ਔਰ ਆਪਣੇ ਤਜਿੰਦਰ ਚੰਡੋਕ ਜੀ ਆ, ਤਾਂ ਇਹ ਸਾਰੇ ਇੰਡੀਪੈਂਡੈਂਟ ਇਸ ਕਰਕੇ ਉੱਠੇ ਆ ਕਿ ਅਸੀਂ ਨਿੱਜ ਤੋਂ ਉੱਠ ਕੇ, ਧੜਿਆਂ ਬੰਦੀਆਂ ਤੋਂ ਉੱਠ ਕੇ ਅਸੀਂ ਕੰਮ ਕਰਾਂਗੇ। ਅਤੇ ਸੋ ਮੈਂ ਫਿਰ ਤੋਂ ਇਹ ਅਪੀਲ ਕਰਦੀ ਹਾਂ ਕਿ ਤੁਸੀਂ ਜੇ ਮੈਨੂੰ ਇਹ ਸੀਟ ਦਿੰਦੇ ਹੋ ਤਾਂ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਵੋਗੇ, ਕਿਉਂਕਿ ਮੈਂ ਆਪਣੇ ਜ਼ਿਲ੍ਹੇ 'ਚ ਵੀ ਜੇ ਤੁਸੀਂ ਦੇਖੋਗੇ ਮੈਂ ਬਹੁਤ ਸਾਰੇ ਕੰਮ ਕੀਤੇ ਆ। ਵਿਰਾਸਤੀ ਮੇਲਾ ਅਸੀਂ ਕਰਵਾਉਂਦੇ ਰਹੇ ਹੈਗੇ, ਜਿਹਦੇ 'ਚ ਵਿਰਾਸਤੀ ਮੇਲੇ 'ਚ ਵੀ ਅਸੀਂ ਜਿਹੜਾ ਪ੍ਰਧਾਨਗੀ ਮੰਡਲ ਤੱਕ ਸੀਗਾ ਉਹਨੂੰ ਖਤਮ ਕਰ ਦਿੱਤਾ ਕਿ ਸਾਰੇ ਬਰਾਬਰ ਆ, ਲੇਖਕ ਕੋਈ ਵੀ ਲੇਖਕ ਵੱਡਾ ਛੋਟਾ ਨਹੀਂ ਆ। ਹਾਂਜੀ ਹਾਂ, ਕਦ ਇੱਦਾਂ ਅਸੀਂ ਸੋਚ ਸਕਦੇ ਹਾਂ ਵੀ ਜਿਹੜੇ ਸਾਡੇ ਸੀਨੀਅਰ ਸਾਹਿਤਕਾਰ ਆ ਉਹਨਾਂ ਨੂੰ ਅਸੀਂ ਅੱਗੇ ਲਿਆ ਕੇ ਸੋਫਿਆਂ 'ਤੇ ਜ਼ਰੂਰ ਬਿਠਾਇਆ ਵੀ ਉਹ ਸਾਡੇ ਸੀਨੀਅਰ ਆ, ਪਰ ਅਸੀਂ ਉਹ ਜਿਹੜੀ ਪਰੰਪਰਾ ਇੱਕ ਜਿੱਦਾਂ ਕਹਿੰਦੇ ਆ ਵੀ ਤਾਨਾਸ਼ਾਹ ਜੀ ਵਾਲੀ ਖਤਮ ਕਰ ਦਿੱਤੀ। ਅਤੇ ਅੱਗੇ ਤੋਂ ਵੀ ਅਸੀਂ ਹੋਰ ਵੀ ਕੰਮ ਕਰਾਂਗੇ, ਸਾਨੂੰ ਮੌਕਾ ਦਿਓ। ਅਤੇ ਫਿਰ ਤੋਂ ਮੈਂ ਅਪੀਲ ਕਰਦੀ ਹਾਂ ਕਿ ਪ੍ਰਧਾਨ ਦੀ ਵੋਟ ਮੈਨੂੰ ਦੇ ਕੇ ਤੁਸੀਂ ਕਾਮਯਾਬ ਕਰੋ ਅਤੇ ਅਸੀਂ ਬਹੁਤ ਚੰਗਾ ਕਰ ਦਿਖਾਵਾਂਗੇ। ਔਰ ਇਹ ਅਸੀਂ ਔਰ ਇੱਕ ਚੀਜ਼ ਇਹਦੇ 'ਚ ਹੋਰ ਵੀ ਹੈ, ਜਿਵੇਂ ਸਾਡੇ ਪਰਦੇਸੀ ਭੈਣ ਭਰਾ ਹੈਗੇ ਆ, ਉਹਨਾਂ ਦੀਆਂ ਵੋਟਾਂ ਤਾਂ ਬਣੀਆਂ ਹੋਈਆਂ ਔਰ ਉਹਨਾਂ ਨੂੰ ਪਾਉਣ ਦਾ ਹੱਕ ਨਹੀਂ ਹੈਗਾ, ਅਸੀਂ ਉਹ ਵੋਟਾਂ ਜਿਹੜੀਆਂ ਹੈਗੀਆਂ ਔਨਲਾਈਨ, ਇਕੱਲੇ ਪਰਦੇਸੀ ਵੀਰਾਂ ਲਈ ਔਨਲਾਈਨ ਨਹੀਂ ਕਰਾਂਗੇ। ਮੈਂ ਸੋਚਦੀ ਹਾਂ ਕਿ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਅਸੀਂ ਇਹ ਔਨਲਾਈਨ ਕਰਾਂਗੇ, ਕਿਉਂਕਿ ਦੇਖੋ ਮੰਨ ਲਓ ਜਿਵੇਂ ਲੁਧਿਆਣਾ ਹੈ, ਕਿਸੇ ਨੇ ਬਠਿੰਡੇ ਤੋਂ ਆਉਣਾ, ਕਿਸੇ ਨੇ ਫਿਰੋਜ਼ਪੁਰ ਤੋਂ ਆਉਣਾ, ਮੁਕਤਸਰ ਤੋਂ ਆਉਣਾ, ਤਾਂ ਉਹ ਕਾਫੀ ਉਹਦੇ ਲਈ ਐਨਰਜੀ, ਟਾਈਮ, ਪੈਸਾ ਸਾਰਾ ਕੁਝ ਬਰਬਾਦ ਹੁੰਦਾ। ਅਤੇ ਅਸੀਂ ਇਸ ਤਰੀਕੇ ਨਾਲ ਬਣਾਵਾਂਗੇ ਕਿ ਹਰ ਜ਼ਿਲ੍ਹੇ ਵਿੱਚ ਇਹ ਜਿਹੜੇ ਹੈਗੇ ਆ ਬੂਥ ਬਣਾਏ ਜਾਣ, ਭਾਵੇਂ ਕਿ ਇਹਦੇ ਲਈ ਸਾਨੂੰ 15 ਦਿਨ ਲੱਗਣ ਜਾਂ 22 ਜਾਂ 24 ਜ਼ਿਲ੍ਹਿਆਂ ਦੇ ਮੁਤਾਬਕ ਜਿੰਨੇ ਦਿਨ ਮਰਜ਼ੀ ਲੱਗਣ, ਤਾਂ ਅਸੀਂ ਇਹ ਚੋਣ ਇੱਦਾਂ ਕਰਾਂਗੇ ਕਿ ਇਹ ਥੋੜ੍ਹਾ ਔਖਾ ਹੈ ਕਿ ਹਰ ਕੋਈ, ਕਿਉਂਕਿ ਲੇਖਕ ਇਹ ਜਿਵੇਂ ਉਵੇਂ ਵੋਟਾਂ ਹੁੰਦੀਆਂ ਤਾਂ ਸਰ ਜਾਂਦਾ। ਜਿਹੜੇ ਹੁਣ ਲੇਖਕ, ਜਿਵੇਂ ਬਹੁਤ ਸਾਰੇ ਲੇਖਕਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਕੋਈ 94 ਸਾਲ ਦਾ, ਕੋਈ 99 ਸਾਲ ਦਾ, ਉਹ ਚਾਹੁੰਦੇ ਤਾਂ ਹੈਗੇ ਆ ਵੋਟ ਪਾਉਣਾ ਪਰ ਆ ਨਹੀਂ ਸਕਦੇ। ਪਰ ਫਿਰ ਵੀ ਮੈਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ, ਜੇ ਅਸੀਂ ਜਿੱਤਾਂਗੇ ਤਾਂ ਅਸੀਂ ਤੁਹਾਡੇ ਤੱਕ ਮਤਲਬ ਕੋਈ ਸਹੂਲਤਾਂ ਲੈ ਕੇ ਆਵਾਂਗੇ, ਕਿਉਂਕਿ ਜੇ ਅਸੀਂ ਨਹੀਂ ਜਿੱਤਦੇ ਤਾਂ ਇਹ ਇੰਪੋਸੀਬਲ ਹੋ ਜਾਂਦਾ ਹੈ ਕਿ ਸਾਡੇ ਕੋਲ ਕੋਈ ਇੰਨਾ ਫਾਈਨੈਂਸ਼ਲੀ ਨਹੀਂ ਹੈਗਾ ਕਿ ਅਸੀਂ ਹੈਲਪ ਕਰ ਸਕੀਏ। ਪਰ ਜੇ ਅਸੀਂ ਜਿੱਤਾਂਗੇ ਤਾਂ ਅਸੀਂ ਸਰਕਾਰਾਂ ਤੋਂ ਪੈਸਾ ਲੈ ਕੇ ਕੋਈ ਸਹੂਲਤਾਂ ਲਈ ਕਾਰਡ ਬਣਵਾ ਕੇ, ਮੈਡੀਕਲ ਸਹੂਲਤਾਂ ਲਈ ਜਾਂ ਜੋ ਵੀ ਹੋਊਗਾ, ਅਤੇ ਅਸੀਂ ਉਹਨਾਂ ਲੇਖਕਾਂ ਤੱਕ ਪਹੁੰਚਾਂਗੇ। ਅਤੇ ਅਸੀਂ ਆਪਣੇ ਲੇਖਕਾਂ ਦੀ ਜਿਹੜੀ ਹੈਗੀ ਆ ਸਿਹਤ ਜਾਬੀ ਲਈ ਹਮੇਸ਼ਾ ਹੀ ਅਰਦਾਸ ਕਰਦੇ ਹਾਂ, ਔਰ ਉਹ ਤੰਦਰੁਸਤ ਰਹਿਣ, ਵੱਡੀਆਂ ਉਮਰਾਂ ਮੰਨਣ ਤਾਂ ਜੋ ਸਮਾਜ ਨੂੰ ਸਹੀ ਸੇਧ ਦੇ ਸਕਣ ਅਤੇ ਮੇਰੇ ਸਮਾਜ ਲਈ ਮੈਂ ਕੁਛ ਕਰ ਸਕਾਂ, ਕਿਉਂਕਿ ਮੈਂ ਇਸ ਧਰਤੀ 'ਤੇ ਜਨਮ ਲਿਆ ਪੰਜਾਬ ਦੀ। ਜੇ ਮੇਰਾ ਜਨਮ ਪੰਜਾਬ 'ਚ ਹੋਇਆ ਤਾਂ ਇਹਦੇ ਪਿੱਛੇ ਕੋਈ ਵੱਡਾ ਮਕਸਦ ਹੋਊਗਾ। ਪੰਜਾਬੀ ਮਾਂ ਬੋਲੀ ਜੇ ਮੈਂ ਮਾਂ ਦੇ ਦੁੱਧ ਚੁੰਘਦਿਆਂ ਮਾਂ ਦੀ ਬੁੱਕਲ 'ਚੋਂ ਸਿੱਖੀ ਆ, ਤਾਂ ਇਹ ਕੋਈ ਮਾਮੂਲੀ ਗੱਲ ਨਹੀਂ, ਇਹਦੇ ਪਿੱਛੇ ਬਹੁਤ ਵੱਡਾ ਕੋਈ ਕਾਰਨ ਹੋਊਗਾ। ਗੁਰੂਆਂ ਪੀਰਾਂ ਦੀ ਧਰਤੀ ਆ, ਮੈਂ ਸੁਣਿਆ ਕਿ ਇਹਦੇ 'ਚ ਜਾਤੀ ਦੇ ਨਾਂ 'ਤੇ ਵੀ, ਕੱਲ੍ਹ ਪਰਸੋਂ ਮੈਂ ਦੇਖ ਰਹੀ ਸੀ ਕਿ ਵੋਟਾਂ ਮੰਗੀਆਂ ਜਾ ਰਹੀਆਂ, ਕੋਈ ਇੱਦਾਂ ਵੀ ਮੰਗੀਆਂ ਜਾ ਰਹੀਆਂ ਕਿ ਜੀ ਆਪਣਾ ਗੋਤ ਇੱਕ ਆ। ਦੇਖੋ ਜੀ, ਇਹ ਚੀਜ਼ਾਂ ਤਾਂ ਬਹੁਤ ਛੋਟੀਆਂ, ਕਈ ਵਾਰ ਅਸੀਂ ਗੋਤ ਪਿੱਛੇ ਲਾ ਲੈਂਦੇ ਹਾਂ, ਮੇਰੇ ਨਾਮ ਦੇ ਨਾਲ ਵੀ ਗੋਤ ਲੱਗਾ, ਉਹ ਸਿਰਫ ਇੱਕ ਪਹਿਚਾਣ ਹੁੰਦੀ ਆ। ਕਈ ਵਾਰ ਵੀ ਆਪਣੇ ਨਾਮ ਨਾ ਰਲਣ, ਵੀ ਆਪਣੇ ਚਲੋ ਦਾਦਿਓ ਬਾਬਿਓ ਜਿਵੇਂ ਵੀ ਆਪਣੀ ਉਹ ਪਛਾਣ ਚੱਲੀ ਆਉਂਦੀ ਆ, ਹੋਰ ਆਪਣਾ ਮਾਨਸਕੀ ਜਾਤ ਸਭੇ ਏਕੇ ਪਹਿਚਾਣਵੋ, ਅਤੇ ਇੱਕ ਪਿਤਾ ਇੱਕ ਸਕੀ ਹਮ ਬਾਰਿਕ, ਤਾਂ ਇੱਦਾਂ ਦੀਆਂ ਜਾਤਾਂ ਪਾਤਾਂ ਵਿੱਚ ਵੰਡਣਾ ਇਹ ਕਲਮਕਾਰਾਂ ਦਾ ਕੰਮ ਨਹੀਂ ਹੈਗਾ। ਮੈਂ ਕਹਿੰਦੀ ਤੁਸੀਂ ਉਹਨਾਂ ਲੋਕਾਂ ਨੂੰ ਵੋਟ ਦੇਣ ਦੀ ਬਜਾਏ ਉਹਨਾਂ ਦਾ ਪ੍ਰੋਪਰ ਬਾਈਕਾਟ ਕਰੋ ਜਿਹੜੇ ਇੱਦਾਂ ਤੁਹਾਨੂੰ ਜਾਤ ਜਾਂ ਗੋਤਾਂ ਦੇ ਨਾਮ 'ਤੇ ਵੰਡਦੇ ਆ। ਅਤੇ ਆਓ ਆਪਾਂ ਵਧੀਆ ਵਧੀਆ ਸਮਾਜ ਸਿਰਜੀਏ, ਇਹ ਮੇਰੀ ਦਿਲੀ ਇੱਛਾ ਹੈ ਕਿ ਸਾਡਾ ਭਾਈਚਾਰਾ ਕਾਇਮ ਹੋਵੇ, ਬਹੁਤ ਸੋਹਣਾ ਸਮਾਜ ਹੋਵੇ ਸਾਡਾ, ਨਫ਼ਰਤ ਨਾਂ ਦੀ ਕੋਈ ਚੀਜ਼ ਨਾ ਹੋਵੇ। ਤਾਂ ਮੈਂ ਇਸ ਚੈਨਲ ਜ਼ਰੀਏ ਅਪੀਲ ਕਰਦੀ ਹਾਂ ਕਿ ਮੈਨੂੰ ਪ੍ਰਧਾਨ ਦੀ ਵੋਟ ਦੇ ਕੇ ਤੁਸੀਂ ਇਹ ਅਕੈਡਮੀ ਦੇ ਕੰਮਾਂ ਕਾਰਾਂ ਦੀ ਜਿਹੜੀ ਸੇਵਾ ਹੈਗੀ ਹੈ ਇਹ ਮੈਨੂੰ ਦਿਓ, ਅਤੇ ਅਸੀਂ ਤੁਹਾਡੇ ਜਿੰਨਾ ਵੀ ਖਰੇ